ਬੱਚਾ ਮੇਰੇ ਕੋਲੇ ਤਕਰੀਬਨ ਲਾਕਡਾਊਨ ਦੇ ਵਿੱਚ ਮੇਰੇ ਕੋਲ ਆਈ ਸੀਗੀ ਬੱਚੀ ਉਦੋਂ ਹਾਲਤ ਕਾਫੀ ਖਰਾਬ ਸੀਗੀ ਇਹਦੀ ਅਨਫਿਟ ਸੀਗੀ ਬਹੁਤ ਉਸ ਤੋਂ ਪਹਿਲਾਂ ਇਹ martial arts ਕਰਦੀ ਸੀਗੀ wu shu ਕਰਦੀ ਸੀਗੀ ਬਟ ਉੱਥੇ ਜ਼ਿਆਦਾ ਚੱਲ ਨਹੀਂ ਪਾਈ ਤੇ ਜਿਹੜੇ ਇਹਨਾਂ ਦੇ ਕੋਚ ਸੀਗੇ ਪਹਿਲਾਂ ਉਹਨਾਂ ਨੇ ਵੀ ਮੈਨੂੰ ਕਾਲ ਕੀਤਾ ਕਿ ਸਰ ਵੀ ਬੱਚਾ ਬਹੁਤ ਹੈਵੀ ਹੈਗਾ ਇਹ ਸਾਡੀ ਗੇਮ ਚ ਨਹੀਂ ਸੂਟੇਬਲ ਹੈ ਤੁਸੀਂ ਇਹਨੂੰ ਦੇਖੋ ਬੱਚੇ ਨੂੰ ਵੀ ਜੇ ਚੱਲਦਾ ਹੈਗਾ ਤੁਹਾਡੇ ਕੋਲ ਕਰ ਸਕਦਾ ਹੈ ਬੱਚਾ फिर असि देहरादून पहुँचे जी मैं वीकनेस तो यदि लग ही रही थी तो जिस दिन वेट वेट दे के आइए फिसल ना फिसल के दे मैं जब देहरादून में गई थी तो वहाँ पर मेरे को बहुत बुखार था तो मैं बहुत मेडिसिन खाती थी फिर जब मैं गेम खेली थी उस जब कंपटीशन के बाद मैं बेहोश हो गई थी वहाँ पर तो फिर मैं यहाँ से वापस आई मेरे को हॉस्पिटल में एडमिट किया तो फिर डॉक्टर ने कह दिया था कि इसके बचने के बहुत कम चांस है ये बच नहीं सकती है ਇਹ ਗਲਤੀ ਕਿ ਕੀ ਹੋਈ ਕਿ ਬਈ ਬਗੈਰ ਪੁੱਛੇ ਮੈਡੀਸਿਨ ਲੈਂਦੇ ਰਹੇ ਮੈਨੂੰ ਐ ਸੀ ਕਿ ਚਲੋ ਬੁਖਾਰ ਹੈਗਾ ਪੈਰਾਸੈਟਾਮੋਲ ਇੱਕ ਦੀ ਲੈ ਲੈਣਗੇ ਮਾਰਨਿੰਗ ਤੋਂ ਬਟ ਇਹਨਾਂ ਨੇ ਕੀ ਕੀਤਾ ਰਾਤ ਰਾਤ ਪਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਤਕਰੀਬਨ ਇੱਕ ਪਤਾ ਪੈਰਾਸੈਟਾਮੋਲ ਦਾ ਖਾ ਲਿਆ ਲਓ ਇੱਕ ਇੱਕ ਦਿਨ ਵਿੱਚ 10 10 ਗੋਲੀਆਂ ਖਾਈ ਸੀ ਉਸ ਦਿਨ ਕੰਪਿਟੀਸ਼ਨ ਖੇਡੀ ਹੈ ਉਸ ਰਾਤ ਇਹ ਅਨਕੌਂਸ਼ੀਅਸ ਹੋ ਗਈ ਸੀਗੀ ਪੇਹੋਸ਼ ਹੋ ਗਈ ਸੀਗੀ ਸੋਰੀ ਸਵੇਰੇ ਮੇਰੇ ਕਹਾਂ ਲਰਲੀ ਮਾਰਨਿੰਗ ਤੇ ਜਦੋਂ ਉਹਨੇ ਰਿਕਮੈਂਡ ਕੀਤਾ ਕਹਿੰਦੇ 32 ਸਰਕਾਰੀ ਹਸਪੀਟਲ ਗਵਰਨਮੈਂਟ ਚ ਲੈ ਕੇ ਜਾਓ ਇਹਨੂੰ ਫਟਾਫਟ ਚਿਲड्रन ਬੋਰਡ ਜਿਹੜਾ ਹੈਗਾ ਵੀ ਉੱਥੇ ਤੁਸੀਂ ਦਿਖਾਓ ਇਹਨਾਂ ਨੂੰ ਤੇ ਉੱਥੇ ਜਦੋਂ ਗਏ ਤੇ ਜਾਂਦੇ ਹੀ ਉਹਨਾਂ ਨੇ ਚੈੱਕ ਅਪ ਚੁੱਕ ਅਪ ਕੀਤਾ ਤੇ ਇਹਦੇ ਪਲੇਟਲੇਟ ਬਹੁਤ ਜ਼ਿਆਦਾ ਡਾਊਨ ਆ ਗਏ ਪਲੱਸ ਇਹਦਾ ਬੀਪੀ ਲੋ ਹੋ ਗਿਆ ਤੇ ਮਤਲਬ ਕਾਫੀ ਕਾਫੀ ਜ਼ਿਆਦਾ ਇਹਦੀ ਹਾਲਤ ਖਰਾਬ ਹੋ ਗਈ ਤੇ ਉਹ ਪੰਕਜ मैम ਨੇ ਉਹਨਾਂ ਦਾ ਬਹੁਤ ਵਿਚਾਰੀ ਦਾ ਉਹਨੇ ਹੈਲਪ ਕੀਤੀ ਸਪੋਰਟ ਕੀਤੀ ਉਹਨਾਂ ਦਾ ਮੈਨੂੰ ਫੋਨ ਆ ਗਿਆ ਮੈਂ ਦੇਰਾ ਦੁੰਜੀ ਸੀਗਾ ਉਦੋਂ ਤੇ ਮੈਨੂੰ ਕਹਿੰਦੀ ਵੀ ਸਰ ਬੱਚਾ ਤਾਂ ਦਿਵੰਸ਼ੀ ਤੁਹਾਡਾ ਬੱਚਾ ਹੈ ਗੇਮ ਕਰਦੀ ਮੈਂ ਹਾਂਜੀ ਕਹਿੰਦੀ ਸਰ ਇਹ ਤਾਂ ਬਹੁਤ ਮੁਸ਼ਕਿਲ ਹੈ ਇਹਦਾ ਸਰਵਾਈਵ ਕਰਨਾ ਬੱਚੂਗੀ ਨਹੀਂ ਤੇ ਉਹ ਇਹਦੇ ਆਂਡਗਵਾਂ ਜਿਹੜੇ ਬੈੱਡ ਸੀਗੇ 2-4 ਉੱਥੇ ਬੱਚੇ ਡੈਥ ਹੋ ਗਈ ਕੁਝ 2-4 ਬੱਚਿਆਂ ਦੀ ਇਹਦਾ ਮੀਨ ਨਹੀਂ ਵਈ ਜਾਵੇ ਜਦੋਂ ਇਹ ਐਡਮਿਟ ਸੀਗੀ ਉਹਦੇ ਕਰਕੇ ਇਹਦੇ ਦਿਮਾਗ 'ਚ ਹੋਰ ਚੀਜ਼ ਪੈ ਗਈ ਕਿ ਭਈ ਮੈਂ ਵੀ ਨਾ ਮਰ ਜਾਾਂ ਇਹਨੇ ਬਲਕਿ ਇਹ ਗੱਲ ਕਹੀ ਵੇ ਆਪਣੇ ਮੂੰਹ ਤੋਂ ਕਿ ਮੈਂ ਬਚ ਜਾਊਂਗੀ ਮੈਂ ਫੋਨ ਤੇ ਤਾਂ ਗੱਲ ਕੀਤੀ ਸਰ ਮੈਂ ਮੈਂ ਮਰ ਤੋ ਨਹੀਂ ਜਾਊਂਗੀ ਮੈਂ ਮੈਂ ਬਚ ਜਾਾਂਗੀ ਹਿੰਮਤ ਦਿਖਾਈ ਹੈ ਜਾਂ ਪਰਮਾਤਮਾ ਨੇ ਬਾਹ ਫੜੀ ਹੈ ਇਹ ਕੁੜੀ ਨੂੰ ਬਿਮਾਰੀ ਚੋਂ ਕੱਢ ਕੇ ਜਿਹੜਾ ਹੈਗਾ ਉਹ ਤੋਂ ਬਾਅਦ ਮੈਂ ਬੜੇ ਪ੍ਰਾਊਡ ਨਾਲ ਕਹਿੰਦਾ ਉਸ ਤੋਂ ਬਾਅਦ ਤਿੰਨ ਵਾਰ ਇਹ ਕੁੜੀ ਨੈਸ਼ਨਲ ਚੈਂਪੀਅਨ ਵਿਦ ਇਨ ਅ ਪੀਰੀਅਡ ਆਫ ਆਈ ਥਿੰਕ 6 ਮੰਥ ਦਿੱਲੀ ਹਰਿਆਣਾ ਮਨੀਪੁਰ ਰਾਜਸਥਾਨ ਗੁਜਰਾਤ ਪੰਜਾਬ ਸਾਰਿਆਂ ਨੂੰ ਬੀਟ ਕਰਕੇ ਇਸ ਕੁੜੀ ਨੇ ਨੰਬਰ 1 ਤੇ ਆਪਣਾ ਰੈਂਕ ਬਣਾਇਆ ਤੇ ਲਗਾਤਾਰ ਤਿੰਨ ਕੰਪੀਟੀਸ਼ਨਾਂ 'ਚ ਇਕੱਠੇ ਬੈਕ ਟੂ ਬੈਕ ਇਹ ਫਸਟ ਨੰਬਰ ਤੇ ਖੜੀ ਰਹੀ ਪੋਡੀਅਮ ਤੇ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਕਹਿੰਦੇ ਨੇ ਕਈ ਵਾਰ ਅਜਿਹਾ ਸਮਾਂ ਆ ਜਾਂਦਾ ਹੈ ਕਿ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦੇ ਹੋ ਪਰ ਫਿਰ ਵੀ ਤੁਸੀਂ ਅਜੇ ਹੀ ਹਿੰਮਤ ਰੱਖਦੇ ਹੋ ਕਿ ਵਾਪਸ ਆ ਜਾਂਦੇ ਹੋ ਇੱਕ ਅਜਿਹਾ ਸਮਾਂ ਹੁੰਦਾ ਹੈ ਕਿ ਤੁਸੀਂ ਹਰ ਵੇਲੇ ਸੋਚਦੇ ਹੋ ਕਿ ਕੀ ਬਣੇਗਾ ਪਰ ਫਿਰ ਵੀ ਉਸ ਸਮੇਂ ਨੂੰ ਪਿਰੇ ਨਕਾਰ ਕੇ ਅੱਗੇ ਵੱਲ ਵਧ ਜਾਂਦੇ ਹੋ ਇੱਕ ਅਜਿਹੀ ਮਿਸਾਲ ਜੋ ਕਿ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੀ ਹੈ ਦੀਵਾਨਸੀ ਨਾਂ ਦੀ ਕੁੜੀ ਬਹੁਤ ਸਾਰਾ ਬਿਮਾਰ ਹੋ ਗਈ ਸੀ ਕਿ ਤਾਂ ਉਹਨਾਂ ਨੇ ਲਗਾਤਾਰ ਅਜਹੀ ਦਵਾਈ ਖਾਧੀ ਇੱਕ ਦਿਨ ਦੇ ਵਿੱਚ ਤਾਂ ਉਹ ਸਿਹਤ ਉਹਨਾਂ ਦੀ ਜਿਆਦਾ ਖਰਾਬ ਹੋ ਗਈ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਗੇਮ ਦੇ ਵਿੱਚ ਲਗਾਤਾਰ ਅੱਗੇ ਵਧਦੇ ਗਏ ਜੁਡੋ ਦੀ ਗੱਲ ਕਰ ਰਿਹਾ ਮੈਂ ਤਾਂ ਉਹਨਾਂ ਨੂੰ ਨਾਲ ਦੀ ਨਾਲ ਹੌਸਲਾ ਦਿੰਦੇ ਗਏ ਉਹਨਾਂ ਦੇ ਕੋਚ ਵਿਵੇਕ ਤਾਨੰਦਿਆਂ ਗੱਲਬਾਤ ਕਰਦੇ ਆ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ ਕਿ ਸਾਰੀ ਕਹਾਣੀ ਕੀ ਸੀਗੀ ਕਿਸ ਤਰੀਕੇ ਦੇ ਨਾਲ ਉਹ ਬਿਮਾਰ ਹੋਏ ਡਾਕਟਰਾਂ ਨੇ ਵੀ ਕਹਿ ਦਿੱਤਾ ਗਿਆ ਸੀ ਕਿ ਸਰ ਇਹ ਬਚਨਗੇ ਨਹੀਂ ਗੱਲਬਾਤ ਕਰਦੇ ਸਾਡੇ ਨਾਲ ਦਿਵਾਂਚੀ ਵੀ ਨੇ ਇਹਨਾਂ ਦੇ ਕੋਚ ਵੀ ਜਿਹੜੇ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਿਵੇਕ ਠਾਕੁਰ ਜੀ ਦਿਵਾਂਚੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੰਨ ਹਾਈ ਮੇਰਾ ਨਾਮ ਦਿਵਾਂਚੀ ਹੈ ਮੈਂ ਬਹੁਤ ਬਿਮਾਰ ਹੋ ਗਈ ਸੀ ਮੈਂ ਜਦ ਦੇਰਦੁਨ ਮੈਂ ਗਈ ਥੀ ਤਾਂ ਵਹਾਂ ਪੇ ਮੇਰ ਕੋ ਬਹੁਤ बुखार था तो मैं बहुत मेडिसिन खाती थी फिर जब मैं गेम खेली थी उस जब कंपटीशन के बाद मैं बेहोश हो गई थी वहाँ पे तो फिर मैं यहाँ से वापस आई मेरे को हॉस्पिटल में एडमिट किया तो फिर डॉक्टर ने कह दिया था कि इसके बचने के बहुत कम चांस है ये बच नहीं सकती है फिर फैमिली के सपोर्ट से सर के सपोर्ट से सर मुझसे मिलने आते थे और फैमिली वगैरह भी बहुत करती थी और मेरा ध्यान रखती थी तो उसकी वजह से बहुत अच्छा मिला जी, मतलब बुखार एक कहानी की, की जो गेम लिये किस तरीके तो बुखार होगा खा रहे थे पैरासिटामोल खा रही थी तो मैंने बहुत सारी खाई थी मतलब उसके वो खाई थी तभी मैं फाइट लड़ पाई थी उसके बिना फाइट नहीं लड़ पाई थी मतलब एक एक दिन में दस दस गोलियाँ खाई थी उस दिन फिर उसके बाद मैंने कंपटीशन खेला उसके बाद फिर अगले दिन जब मैं सुबह उठी फिर मैं बेहोश हो गई थी फिर वहाँ से मुझे लेके आ गए और हॉस्पिटल में एडमिट करा तो तो कोच कहते भी रहे किसी बीमार हो जा इस तरह फिर भी हौसला रखा हिम्मत नहीं आ रही कि मैं खेलना हाँ मेरे को था कि मेरे को खेलना है मेरे को मेडल के बिना नहीं जाना जब मैंने पहली फाइट लड़ी फिर उसके बाद मैं जब थर्ड फाइट हार गई थी फिर मेरे को ये था कि मेडल के बिना तो जाना ही नहीं है ब्रॉन्ज तो लेके जाना है ब्रॉन्ज तो हाथ से निकालना ही नहीं है सर की भी इज्जत होती है और मेरी भी तो ਦਾ ਹਿੰਮਤ ਰੱਖੀ ਤਾਂ ਤੁਹਾਨੂੰ ਸਾਫ਼ ਤੌਰ ਤੇ ਕਹਿ ਰਹੇ ਸੀਗੇ ਜਿਵੇਂ ਤੁਹਾਨੂੰ ਵੀ ਕਿਹਾ ਕਿ ਵੀ ਬੱਚੇ ਨੇ ਬਚਣਾ ਨਹੀਂ ਹੈਗਾ ਇਸ ਤਰੀਕੇ ਦੇ ਜਦੋਂ ਤੁਹਾਡਾ ਤਾਂ ਬਿਲਕੁਲ ਦਿਮਾਗ ਹੀ ਸੁਣ ਹੋ ਗਿਆ ਸੀ ਕਿ ਵੀ ਇਸ ਤਰੀਕੇ ਦੇ ਨਾਲ ਸੁਣ ਕੇ ਆ ਗੱਲਾਂ ਵੀ ਕੀ ਬਣੇਗਾ ਉਹ ਤੋਂ ਡਰ ਸੀਗਾ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਨਹੀਂ ਸਭ ਕੇ ਸਪੋਰਟ ਸੇ ਫੈਮਲੀ ਕੇ ਸਰ ਮੇਰੇ ਮਿਲਨੇ ਆਤੇ تھے ਮuje ਇਤਨਾ ਕੁਛ ਬੋਲਤੇ تھے ਕਿ ਤੂੰ ਠੀਕ ਹੋਣਾ ਹੈ ਕਿ ਹਮ ਹਮ ਵੀ ਤੇ ਕੋ ਸਪੋਰਟ ਕਰ ਰਹੇ ਆ ਕਿ ਫੈਮਲੀ ਬੋਲਦੀ ਥੀ ਕਿ ਨਹੀਂ ਬੱਤ ਤਾਂ ਮਨਸ਼ਾ ਕੀ ਸੀ ਕਿ ਉਸ ਦੇ ਜ਼ਨ ਦੇ ਵਿੱਚ ਕੀ ਆ ਰਿਹਾ ਸੀਗਾ ਵੀ ਕੀ ਕੀਤਾ ਜਾਵੇ ਬਿਮਾਰ ਹੋ ਗਏ ਦਵਾਈ ਖਾ ਰਹੇ ਆ ਕੀ ਆਂਦਾ ਸੀ ਦਿਲ ਦੇ ਵਿੱਚ ਵੀ ਇਹ ਥੱਕ ਗਿਆ ਬਰ ਜਾਣਾ ਹੈ ਕਹਾਂ ਪੇ ਮੈਂ ਰਹਿ ਨਹੀਂ ਪਾਤੀ ਸੀ ਹਸਪੀਟਲ ਮੇ ਬਹੁਤ ਮੁਸ਼ਕਿਲ ਹੋ ਗਿਆ ਥਾ ਵਾਹ ਪੇ ਰਹਿਣਾ ਤੋਂ ਡਾਕਟਰਸ ਨੇ ਵੀ ਬੋਲ دیا ਥਾ ਕਿ ਨਹੀਂ ਬੱਚੇ ਤੋਂ ਮੈਂ ਵੀ ਬਹੁਤ ਡਰ ਗਈ ਥੀ ਕਿ ਨਹੀਂ ਤਾਂ ਫਿਰ ਫੈਮਿਲੀ ਇਸ ਦੇ ਬਾਅਦ ਇੰਟਰਸਟਿੰਗ ਗੱਲ ਹੋਰ ਹੈ ਬਿਮਾਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਰਿਕਵਰੀ ਇਹਨਾਂ ਦੀ ਹੁੰਦੀ ਹੈ ਜਦੋਂ ਠੀਕ ਹੁੰਦੇ ਨੇ ਚੰਗੀ ਤਰ੍ਹਾਂ ਤਾਂ 1 ਮਹੀਨਾ ਦਾ ਗੈਪ ਪੈਂਦਾ ਤਾਂ ਨਾਲ ਦੀ ਨਾਲ 골ਡ ਮੈਡਲ ਲੈ ਕੇ ਆ ਜਾਂਦੇ ਨੇ ਉਹ ਕਹਾਣੀ ਕੀ ਹੈ ਨਾਲ ਦੀ ਨਾਲ 골ਡ ਮੈਡਲ ਹਾਂ ਬਸ ਇਹ ਥਾ ਕਿ ਅਬ ਅਬ ਤੋਂ 골ਡ ਹੀ ਲੈ ਕੇ ਜਾਣਾ ਹੈ ਅਬ ਕੁਛ ਨਹੀਂ ਔਰ ਫਿਰ ਰਿਕਵਰੀ ਵੀ ਕੀਤੀ ਉਸke ਬਾਅਦ ਡਾਈਟ ਵੀ ਪ੍ਰੋਪਰਲੀ ਸਰ ਵਗੈਰਾ ਦਾ ਸਪੋਰਟ ਮਿਲਿਆ ਸਰ ਨੇ ਬੋਲਾ ਤਾਂ ਅਬ 골ਡ ਲਾਣਾ ਹੈ ਬਸ ਫਿਰ ਉਸki ਵਜ੍ਹਾ ਸੇ 골ਡ ਆਇਆ ਕਿੰਨੇ 골ਡ ਲੱਤੇ ਉਸ ਤੋਂ ਬਾਅਦ ਇਹ ਕਿੰਨੇ ਗੈਪ ਗੈਪ ਦੇ ਵਿੱਚ ਸੀਗੇ ਮੇਰਾ ਫਰਸਟ 골ਡ ਥਾ ਕੁਰੂਖੇਤਰ ਮੇ ਉਸਕੇ ਬਾਅਦ ਉਸਕਾ ਨੈਸ਼ਨਲ ਹੁਆ ਫਿਰ ਇੱਕ ਚਨਈ ਮੇ ਅਭੀ ਹਮ ਗਏ ਥੇ ਵਹਾਂ ਪੇ ਵੀ 골ਡ ਆਇਆ ਤਿੰਨ ਗੋਲਡ ਆਏ ਤਿੰਨ ਗੋਲਡ ਜਿੱਤੇ ਮਤਲਬ ਹਿੰਮਤ ਨਹੀਂ ਆ ਰਹੀ ਫਿਰ ਜ਼ਿਆਦਾਤਰ ਫਿਰ ਕਿਹਨਾਂ ਦੀ ਸਪੋਰਟ ਰਹਿੰਦੀ ਸੀ ਕਿ ਕੌਣ ਕਹਿੰਦੇ ਸੀਗੇ ਵੀ ਹਰ ਵੇਲੇ ਡੂ ਇਟ ਤੁਸੀਂ ਕਰ ਸਕਦੇ ਹੋ ਫੈਮਿਲੀ ਵਾਲੋ ਕੀ ਔਰ ਸਰ ਕੀ ਬਸ ਫੈਮਿਲੀ ਵਾਲੋ ਨੇ ਬਹੁਤ ਸਪੋਰਟ ਕੀਤਾ ਸਰ ਨੇ ਮੈਨੂੰ ਬੋਲਾ ਕਿ ਚਲ ਕੁਝ ਨਹੀਂ ਹੋਤਾ ਅਬ ਜੋ ਪਾਸਟ ਮੈਂ ਵੋ ਛੋੜ ਔਰ ਅੱਗੇ ਕਰ ਖੇਮ ਖੇਲ ਤਾਂ ਇਹਨਾਂ ਦੇ ਵਿੱਚ ਇਹ ਹੌਸਲਾ ਕਿਸ ਤਰੀਕੇ ਦੇ ਨਾਲ ਭਰ ਰਹੇ ਸੀਗੇ ਵਿਵੇਕ ਸਾਹਿਬ ਸਾਡੇ ਨਾਲ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੀਵਾਨਸ਼ੀ ਨੂੰ ਇਹ ਦੇਖ ਰਹੇ ਸੀਗੇ ਕਿਉਂਕਿ ਇੱਕ ਕੋਚ ਮਾਪਿਓ ਦੇ ਬਰਾਬਰ ਹੁੰਦਾ ਜਦੋਂ ਹਰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੇ ਆਪਣੀ ਗੱਡੀ ਤੇ ਲੈ ਕੇ ਜਾਣਾ ਲੈ ਕੇ ਆਉਣਾ ਇੱਕ ਡਰ ਵੀ ਹੋ ਜਾਂਦਾ ਕਿ ਬੱਚੇ ਨੂੰ ਕੁਝ ਹੋ ਹੀ ਨਾ ਜਾਵੇ ਵਿਵੇਕ ਸਰ ਜਦੋਂ ਲੈ ਕੇ ਗਏ ਦਿਵਾਂਸ਼ ਨੂੰ ਪਹਿਲਾਂ ਤਾਂ ਚਿਹਰਾ ਪਤਾ ਹੀ ਲੱਗ ਗਿਆ ਸੀ ਬੁਖਾਰ ਹੈਗਾ ਨਾ ਕੀ ਉਦੋਂ ਕਹਾਣੀ ਬਣੀ ਸੀਗੀ ਵੀ ਡਰ ਵੀ ਸੀਗਾ ਵੀ ਕੁਝ ਹੋ ਹੀ ਨਾ ਜਾਵੇ ਜਗਸੀਰ ਜੀ ਇਦਾਂ ਇਹ ਗੱਲ ਬੱਚਾ ਮੇਰੇ ਕੋਲੇ ਤਕਰੀਬਨ ਲਾਕਡਾਊਨ ਦੇ ਵਿੱਚ ਮੇਰੇ ਕੋਲ ਆਈ ਸੀਗੀ ਬੱਚੀ ਉਦੋਂ ਹਾਲਤ ਕਾਫੀ ਖਰਾਬ ਸੀਗੀ ਇਹਦੀ ਅਨਫਿਟ ਸੀਗੀ ਬਹੁਤ ਕੁਝ ਗੇਮ ਕਰਦੀ ਸੀ ਪਹਿਲਾਂ ਇਹ ਕੋਈ ਸਪੋਰਟ ਸੀਗੀ ਉੱਥੋਂ ਛੱਡ ਕੇ ਮੇਰੇ ਕੋਲ ਜੂਡੋ ਜੁਆਇਨ ਕੀਤੀ ਸੀ ਤੇ ਮਦਰ ਆਏ ਸੀਗੇ ਕਿ ਜੂਡੋ ਸ਼ੁਰੂ ਕਰਾਉਣੀ ਹੈ ਉਦੋਂ ਸੈਂਟਰ ਓਪਨ ਸੀਗੇ ਇੱਥੇ ਅ ਮਗਰ ਕੁਝ ਦਿਨਾਂ ਬਾਅਦ ਲਾਕਡਾਊਨ ਦਾ ਆਦੇਸ਼ ਹੋ ਗਿਆ ਕਿ ਜੀ ਸਾਰਾ ਕੁਝ ਬੰਦ ਕਰਨਾ ਹੈ ਗਵਰਨਮੈਂਟ ਇੰਸਟੀਟਿਊਸ਼ਨਸ ਤੇ ਮੇਰੇ ਖਿਆਲ ਨਾਲ ਅਸੀਂ 2-4 ਦਿਨ ਹੀ ਟ੍ਰੇਨਿੰਗ ਕੀਤੀ ਸੀ 2-4 ਦਿਨਾਂ ਤੋਂ ਬਾਅਦ ਸਾਨੂੰ ਲਾਕਡਾਊਨ ਦਾ ਆਦੇਸ਼ ਹੋ ਗਿਆ ਸਰਕਾਰ ਵੱਲੋਂ ਕਿ ਵੀ ਬੰਦ ਕਰਨੇ ਸੈਂਟਰਸ ਬਟ ਮੈਨੂੰ ਇਹਨੂੰ ਇਹਦਾ ਜਿਹੜਾ ਬਿਲਟ ਹੈਗਾ ਬੱਚੀ ਦੀ ਹਾਈਟ ਫਿਜ਼ਿਕ ਹੈਗੀ ਹੈ ਮੇਰੇ ਖਿਆਲ ਨਾਲ 12 ਸਾਲ ਦੀ ਮੇਰੇ ਕੋਲ ਆਈ ਸੀਗੀ ਮਹਿਜ਼ ਨਾਉ ਸ਼ੀ ਇਜ਼ 14 14 ਸਾਲ ਦੀ ਹੈ ਮੇਰੇ ਕੋਲ ਇਹ 12 ਜਾਂ 13 12 ਸਾਲ ਦੀ ਸੀਗੀ ਜਦੋਂ ਮੇਰੇ ਕੋਲ ਆਈ ਹੈ ਉਸ ਤੋਂ ਪਹਿਲਾਂ ਇਹ martial arts ਕਰਦੀ ਸੀਗੀ wu shu ਕਰਦੀ ਸੀਗੀ ਬਟ ਉੱਥੇ ਜ਼ਿਆਦਾ ਚੱਲ ਨਹੀਂ ਪਾਈ ਤੇ ਜਿਹੜੇ ਇਹਨਾਂ ਦੇ ਕੋਚ ਸੀਗੇ ਪਹਿਲਾਂ ਉਹਨਾਂ ਨੇ ਵੀ ਮੈਨੂੰ ਕਾਲ ਕੀਤਾ ਕਿ ਸਰ ਵੀ ਇਹ ਬੱਚਾ ਬਹੁਤ ਹੈਵੀ ਹੈਗਾ ਇਹ ਸਾਡੀ ਗੇਮ ਚ ਨਹੀਂ ਸੂਟੇਬਲ ਹੈ ਤੁਸੀਂ ਇਹਨੂੰ ਦੇਖੋ ਬੱਚੇ ਨੂੰ ਵੀ ਜੇ ਚੱਲਦਾ ਹੈਗਾ ਤੁਹਾਡੇ ਕੋਲ ਕਰ ਸਕਦਾ ਹੈ ਬੱਚਾ ਤੇ ਫਿਰ ਮੈਂ ਲਾਕਡਾਊਨ ਸਟਾਰਟ ਕੀਤੀ ਜੀ ਇਹਦੀ ਟ੍ਰੇਨਿੰਗ ਉਦੋਂ ਸਟਾਰਟਿੰਗ ਬੜੀ ਮੁਸ਼ਕਿਲ ਰਹੀ ਕਿਉਂਕਿ ਤੋਂ ਬੱਚਾ ਛੋਟਾ ਵੀ ਸੀਗਾ ਤੇ ਟ੍ਰੇਨਿੰਗ ਲੋਡ ਲੈਣਾ ਬੜਾ ਜਿਆਦਾ ਦਿੱਕਤ ਆ ਜਾਂਦੀ ਸੀਗੀ ਇਹਨੂੰ ਤੇ ਬਟ ਚਲੋ ਜਿਵੇਂ ਜਿਵੇਂ ਚੱਲਦਾ ਰਿਹਾ ਅਸੀਂ ਇੱਥੇ ਹੌਲੀ ਹੌਲੀ ਕੰਮ ਕੀਤਾ ਇਹ ਐਲੀਜੀਬਲੀ ਨਹੀਂ ਸੀਗੀ ਉਦੋਂ ਖੇਡਣ ਦੇ ਲਈ ਬੇਸਿਕਲੀ ਸ਼ੀ ਵਾਸ 11 ਐਂਡ ਅ ਹਾਫ ਤੇ ਪਹਿਲਾ 12 ਸਾਲ ਦੇ ਵਿੱਚ ਆ ਕੇ ਬੱਚਾ ਜੂਡੋ ਚ ਪਹਿਲਾ ਕੰਪੀਟੀਸ਼ਨ ਪਾਰਟਿਸਿਪੇਟ ਕਰ ਸਕਦਾ ਹੈ ਫਿਰ 12 ਸਾਲ ਦੀ ਹੋਈ ਮੈਂ ਵੇਟ ਕੀਤਾ 6-8 ਮਹੀਨੇ ਤੇ ਮੇਰਾ ਟਾਰਗੇਟ ਸੀਗਾ ਕਿ ਜੀ ਪਹਿਲੇ ਸਾਲ ਹੀ ਮੈਂ ਇਹਨੂੰ ਤਾਰਾਂਗਾ ਨੈਸ਼ਨਲ ਦੇ ਵਿੱਚ ਤੇ ਇਹਨੂੰ ਨੈਸ਼ਨਲ ਚੈਂਪੀਅਨ ਬਣਾਉਂਗਾ ਮੈਂ ਬਟ ਥੋੜੀ ਜੀ ਕਮੀ ਰਹਿ ਗਈ ਕਿਤੇ ਨਾ ਕਿਤੇ ਇਹ 골ਡ ਤਾਂ ਨਹੀਂ ਜਿੱਤ ਪਾਈ ਇਹਦਾ ব্রੌਂਜ਼ ਮੈਡਲ ਆਇਆ ਸੀਗਾ ਪਹਿਲੀ ਨੈਸ਼ਨਲ ਚ 2019 ਦੇ ਸੌਰੀ 2020 ਦੇ ਵਿੱਚ ਹੋਈ ਸੀਗੀ ਕਰੜ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਚ ਸਬ ਜੂਨੀਅਰ ਕ੍ਰੈਡਿਟ ਨੈਸ਼ਨਲ ਇਹਦੇ ਵਿੱਚ ਇਹ ਫਾਈਨਲ ਫਾਈਟ ਸੌਰੀ ਪੂਲ ਫਾਈਨਲ ਹੈ ਫਾਈਟ ਹਰੀ ਸੀ ਪੰਜਾਬ ਤੋਂ ਤੇ ਉੱਥੋਂ ਹੀ ਦਾ ਅੱਗੇ ਫਾਈਟ ਉਹਨੇ ਜਿੱਤ ਲਈ ਸੀ ਸਾਰੀ ਫਾਈਟਾਂ ਇੱਕੋ ਹੀ ਲੂਜ਼ ਕੀਤੀ ਸੀ ਉੱਥੇ ਦਾ ਬ੍ਰੌਂਜ਼ ਮਡਾਇਲ ਸੀ ਪਹਿਲਾਂ ਮੈਂ ਕਿਤੇ ਖੁਸ਼ ਸੀਗਾ ਕਿ ਚਲੋ ਬੱਚਾ 68 ਮਹੀਨੇ ਦੀ ਟ੍ਰੇਨਿੰਗ ਕਰਕੇ ਜੇ ਮੇਰੇ ਕੋਲ ਆਈ ਹੈ ਸ਼ੁਰੂ ਕਰਵਾ ਕੇ ਕਿਤੇ ਆਪਾਂ ਬਿਲਕੁਲ ਹੀ ਗਿਵ ਅਪ ਕਰਤਾ ਸੀਗਾ ਵੀ ਨਹੀਂ ਕਰ ਸਕਦੀ ਹੈ ਬਟ ਸਟਾਰਟ ਕੀਤਾ ਤੇ ਮੈਨੂੰ ਇਹਦੇ ਵਿੱਚ ਦਿਖ ਰਿਹਾ ਸੀਗਾ ਕਿ ਵੀ ਇਹ ਬਹੁਤ ਜਲਦੀ ਮੈਂ ਇਸ ਬੱਚੇ ਨੂੰ ਸਾਲ ਡੇਢ ਸਾਲ ਦੇ ਅੰਦਰ ਹੀ ਨੈਸ਼ਨਲ ਚੈਂਪੀਅਨ ਬਣਾ ਲੂੰਗਾ ਕਿਉਂਕਿ ਬਿਲਟ ਇਹਦਾ ਬੜਾ ਸਟਰੋਂਗ ਸੀਗਾ ਇਹਦੇ ਮਤਲਬ ਜਿਹੜੇ ਮਸਲਸ ਹੁੰਦੇ ਆ ਜਾਂ ਬੋਡੀ ਦਾ ਸਟਰਕਚਰ ਹੈਗਾ ਬੜਾ ਸਟਰੋਂਗ ਸੀਗਾ ਤੇ ਮੈਨੂੰ ਸਟਾਰਟਿੰਗ ਤੋਂ ਸੀਗਾ ਕਿ ਵੀ ਅੱਛਾ ਕਰੂਗੀ ਇਹ ਕੁੜੀ ਨੈਸ਼ਨਲ ਲੈਵਲ ਤੇ ਜਾ ਕੇ ਬਾਜੀ ਫਿਰ ਉਸ ਤੋਂ ਬਾਅਦ ਚੱਲਦਾ ਰਿਹਾ ਇਦਾਂ ਹੀ ਨੈਸ਼ਨਲ ਪਹਿਲੀ ਨੈਸ਼ਨਲ ਤੇ ਦਾ ਬ੍ਰਾਉਂਜ਼ ਆਇਆ ਉਸ ਤੋਂ ਬਾਅਦ ਅਗਲਾ ਚਾਂਸ ਸਾਨੂੰ ਖੇਡਣ ਦਾ ਮਿਲੇ ਆ ਅਸੀਂ ਦੇਰਾਦੁੰਨ ਗਏ ਸੀਗੇ ਔਮਨ ਲੀਗ ਸੀਗੀ ਜੀ ਖੇਲੋ ਇੰਡੀਆ ਦੀ ਕਰਾਈ ਜਾਂਦੀ ਹੈ ਦੁਵਾਰਾ ਤੇ ਸਾਈ ਇਹਦੇ ਵਿੱਚ ਇਨਵੋਲਡ ਹੁੰਦੀ ਹੈ ਗਵਰਨਮੈਂਟ ਆਫ ਇੰਡੀਆ ਕਰਾਂਦੀ ਇਹਨੂੰ ਤੇ ਜਦੋਂ ਇੱਥੇ ਜਾ ਰਹੇ ਸੀਗੇ ਮੈਨੂੰ ਨਾ ਇਹਦਾ ਫੇਸ ਲੱਗ ਰਿਹਾ ਸੀਗਾ ਕਿ ਸ਼ੀ ਇਸ ਨਾਟ 威尔 ਇਹ ਬਿਮਾਰ ਲੱਗ ਰਹੀ ਸੀ ਮੈਨੂੰ ਇਨਫੈਕਟ ਇਹਦੀ ਮਦਰ ਨੂੰ ਮੈਂ ਕਿਹਾ ਮੈਮ ਤੁਸੀਂ ਸਾਡੇ ਨਾਲ ਚੱਲੋ ਮੈਂ ਆਪਣੀ ਕਾਰ 'ਚ ਅਸੀਂ ਲੈ ਕੇ ਗਏ ਬੱਚਿਆਂ ਨੂੰ ਤੇ ਦੇਰਾਦੂਨ ਕੰਪੀਟੀਸ਼ਨ ਸੀਗਾ ਤੇ ਮੈਂ ਇਹਦੀ ਮਦਰ ਨੂੰ ਰਿਕੁਐਸਟ ਕੀਤੀ ਮੈਂ ਕਿ ਨਾਲ ਚੱਲੋ ਕਿਉਂਕਿ ਬੱਚਾ ਛੋਟਾ ਹੀ ਹੈ ਤੇ ਕਈ ਚੀਜ਼ਾਂ 'ਚ ਕੋਚ ਨਹੀਂ ਖੜ ਸਕਦਾ ਕਿਉਂਕਿ ਐਂਡ ਆਫ ਦਾ ਡੇ ਕੁੜੀ ਹੈਗੀ ਹੈ ਤੇ ਅਸੀਂ ਤਾਂ ਚਲੋ ਬੱਚਿਆਂ ਦੇ ਤੌਰ ਤੇ ਹੀ ਦੇਖਦੇ ਹਾਂ ਬਟ ਹੈ ਕੁੜੀ ਹੈਗੀ ਹੈ ਤੇ ਕਿਤੇ ਨਾ ਕਿਤੇ ਲਿਮਿਟੇਸ਼ਨ ਹੋ ਜਾਂਦੀ ਹੈ ਇੱਕ ਜੈਂਟਸ ਕੋਚ ਦੇ ਲਈ ਤੇ ਮੈਂ ਇਹਦੀ ਮਦਰ ਨੂੰ ਕਿਹਾ ਵੀ ਤੁਸੀਂ ਨਾਲ ਚੱਲੋ ਛੋਟਾ ਵੀ ਹੈ ਬੱਚਾ ਤੇ ਵੈਸੇ ਵੀ ਥੋੜੀ ਸਪੋਰਟ ਹੋ ਜਾਏਗੀ ਬੱਚੇ ਦੀ ਫਿਰ ਅਸੀਂ ਦੇਰਾਦੂਨ ਪਹੁੰਚੇ ਜੀ ਮੈਨੂੰ ਵੀਕਨੈਸ ਤਾਂ ਇਹਦੀ ਲੱਗ ਹੀ ਰਹੀ ਸੀਗੀ ਤੇ ਜਿਸ ਦਿਨੇ ਦਾ ਵੇਟ ਸੀਗਾ ਵੇਟ ਦੇ ਕੇ ਆਈਏ ਫਸਲ ਗਈ ਹੁੰਤੇ ਨਾ ਫਸਲ ਕੇ ਦੇ ਸੱਟ ਲੱਗ ਗਈ ਅ ਮਤਲਬ ਲੈਗਸ ਦੇ ਵਿੱਚ ਗਿਰੀ ਤੇ ਦਾ ਲੱਤਾਂ ਜੜੀਆਂ ਗਈਆਂ ਉਹ ਕਿਸੇ ਨਾਲੀ ਦੇ ਵਿੱਚ ਗਿਰ ਗਈ ਤੇ ਮਤਲਬ ਲੱਤਾਂ ਦੇ ਵਿੱਚ ਬਹੁਤ ਮਤਲਬ ਪ੍ਰਾਈਵੇਟ ਪਾਰਟ ਤੇ ਜ਼ੋਰ ਦੀ ਸੱਟ ਲੱਗ ਗਈ ਕਾਫੀ ਜ਼ੋਰ ਦੀ ਤੇ ਉਹ ਮੇਰਾ ਡਿਸੀਜਨ ਜਿਹੜਾ ਸੀਗਾ ਇਹਦੀ ਮਦਰ ਨੂੰ ਲਿਜਾਣ ਦਾ ਉਹ ਮਤਲਬ ਉਹ ਚੀਜ਼ ਕਿਤੇ ਨਾ ਕਿਤੇ ਸਾਨੂੰ ਹੈਲਪ ਕਰ ਗਈ ਤੇ ਇਹਦੀ ਮਦਰ ਨੇ ਇਹਨੂੰ ਓਵਰਨਾਈਟ ਜਿਹੜਾ ਹੈ ਨਾ ਅਬਜ਼ਰਵ ਕੀਤਾ ਦਾ ਧਿਆਨ ਰੱਖਿਆ ਤੇ ਗਲਤੀ ਇੱਕ ਕੀ ਹੋਈ ਕਿ ਬਈ ਬਗੈਰ ਪੁੱਛੇ ਮੈਡੀਸਿਨ ਲੈਂਦੇ ਰਹੇ ਮੈਨੂੰ ਐ ਸੀ ਕਿ ਚਲੋ ਬੁਖਾਰ ਹੈਗਾ ਪੈਰਾਸੈਟਾਮੋਲ ਇੱਕ ਦੀ ਲੈ ਲੈਣਗੇ ਮਾਰਨਿੰਗ ਤੱਕ ਬਟ ਇਹਨਾਂ ਨੇ ਕੀ ਕੀਤਾ ਰਾਤ ਰਾਤ ਪਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਤਕਰੀਬਨ ਇੱਕ ਪੱਤਾ ਪੈਰਾਸੈਟਾਮੋਲ ਦਾ ਖਾ ਲਿਆ ਪੈਰਾਸੈਟਾਮੋਲ ਦਾ ਪੱਤਾ ਖਾ ਲਿਆ ਤੇ ਵੀਕਨੈਸ ਆਬਵੀਅਸਲੀ ਜੀ ਬੋਡੀ ਦੇ ਵਿੱਚ ਇੰਨਾ ਕੁਝ ਜਾਣਾ ਇੰਨੇ ਇਹਨੇ ਕੈਮੀਕਲ ਜਾਣੇ ਅੰਦਰ ਤੇ ਬੱਚਾ ਕਿੱਥੇ ਖੇਡ ਸਕਦਾ ਕਰ ਸਕਦਾ ਤੇ ਸਵੇਰੇ ਵੀ ਆਈਏ ਦਾ ਮੂੰਹ ਚਿਹਰਾ ਕਾਫੀ ਸੁੱਜਿਆ ਪਿਆ ਸੀ ਲਾਲ ਸੀਗਾ ਤੇ ਮੈਂ ਇਹਨੂੰ ਹੱਥ ਲਾਇਆ ਫੇਸ ਤੇ ਤੇ ਮੈਨੂੰ ਲੱਗਿਆ ਮੈਂ ਕਹਾ ਬਿਮਾਰ ਲੱਗ ਰਹੀ ਦੀਵੰਸ਼ੀ ਮੈਨੂੰ ਕਹ ਮੈਂ ਕਹ ਹਿੰਮਤ ਇੱਕ ਜਗ੍ਹਾ ਹੈ ਬੇਟਾ ਬਟ ਯੂ ਆਰ ਨਾਟ ਵੈਲ ਮੈਨੂੰ ਨਹੀਂ ਲੱਗ ਰਿਹਾ ਵੀ ਤੂੰ ਠੀਕ ਹੈਗੀ ਐ ਬਟ ਟ੍ਰਾਈ ਯੂ ਬੈਸਟ ਜਿੰਨਾ ਖੇਡ ਸਕਦੇ ਹੋ ਕਰੋ ਮਤਲਬ ਇਹਨਾ ਨਹੀਂ ਕਰਨਾ ਕਿ ਵੀ ਤੁਸੀਂ ਜਾਣਤੇ ਆ ਜੇ ਆਪਣੀ ਗੱਲ ਠੀਕ ਹੈ ਨਾ ਠੀਕ ਹੈ ਕੰਪੀਟੀਸ਼ਨ ਆਂਦੇ ਰਹਿਣਗੇ ਲਾਈਫ ਹੈਗੀ ਐ ਬਹੁਤ ਲੰਬਾ ਕਰੀਅਰ ਹੈ ਬਟ ਥੋੜਾ ਜੈ ਇਹਨੂੰ ਤਰੀਕੇ ਨਾਲ ਤੇ ਖੇਡੀ ਐ ਅੱਛਾ ਖੇਡੀ ਬਟ ਪੂਲ ਫਾਈਨਲ ਚ ਜਾ ਕੇ ਰਹਿਣੇ ਦੀ ਕੁੜੀ ਨਾਲ ਫਾਈਟ ਸੀਗੀ ਤੇ ਕੁੜੀ ਇਹ ਹੋਲਡ ਦੇ ਵਿੱਚ ਆ ਗਈ ਫਸ ਗਈ ਥੱਲੇ ਉੱਥੇ ਜੋਰ ਲੱਗਿਆ ਨਹੀਂ ਇਸ ਤੋਂ ਇਹਨੇ ਕਾਫੀ ਟਰਾਈ ਕੀਤੀ ਕੁੜੀ ਵੀ ਤਗੜੀ ਸੀਗੀ ਜਾਨੋ ਇਹਦੇ ਤੋਂ ਉਨੇ ਨੱਪ ਲਿਆ ਤੇ ਹੋਲ ਡੇਸ ਤੋਂ ਛੁੱਟ ਨਹੀਂ ਪਾਇਆ ਕਿਉਂਕਿ ਜਾਨ ਬਹੁਤ ਲੱਗਦੀ ਉਹਦੇ ਵਿੱਚ ਤੜਾਣ ਦੇ ਵਿੱਚ ਜਾਨ ਹੀ ਦੇ ਸੀਗੀ ਨਹੀਂ ਬਾਹਰ ਆਈ ਤੇ ਕਾਫੀ ਦੀ ਹਾਲਤ ਖਰਾਬ ਸੀਗੀ ਮੈਂ ਫਿਰ ਕਹਿੰਨੂੰ ਰੈਸਟ ਕਰ ਲਾ ਪਾਣੀ ਪੁਣੀ ਪੀ ਲਾ ਇਹ ਵੀ ਇਹਦੇ ਅੰਦਰ ਸੀਗਾ ਕੀੜਾ ਕਿਵੇਂ ਮੈਡਲ ਦਾ ਜਿੱਤਣਾ ਹੀ ਹੈ ਕਿਸੇ ਨਾ ਕਿਸੇ ਹਾਲਤ ਚ ਤੇ ਚਲੋ ਮੈਂ ਵੀ ਉਸ ਚੀਜ਼ ਨੂੰ ਇਹਨੂੰ ਮੋਟੀਵੇਟ ਕੀਤਾ ਮੈਂ ਕਿਹਾ ਚੱਲ ਇੱਕ ਫਾਈਟ ਹੈਗੀ ਹੈ ਆਪਣੀ ਜਾਨ ਲਾ ਦੇ ਕੋਈ ਗੱਲ ਨਹੀਂ ਘਟੋ ਘਟ ਕੁਆਲੀਫਾਈ ਕਰ ਲਓ ਨੈਸ਼ਨਲ ਦੇ ਲਈ ਉਹ ਨੌਰਜ਼ਨ ਸੀਗੀ ਡੇਰਾ ਦੁੰਚ ਤੇ ਉਹ ਉੱਥੇ ਕੁਆਲੀਫਾਈ ਕਰ ਗਈ ਇਹਨੇ ਅਗਲੀ ਬਾਊਟ ਜਿਹੜੀ ਸੀਗੀ ਉਹ ਵਿਨ ਕਰ ਗਈ ਤੇ ਨੌਕਆਊਟ ਉਸ ਤੋਂ ਬਾਅਦ ਕੁਆਲੀਫਾਈ ਕਰ ਗਈ ਤੇ ਵਿਦਿਨ 1 ਮਨਥ ਜਿਹੜਾ ਹੈਗਾ ਸਾਡਾ ਇਹਦਾ ਟੂਰਨਾਮੈਂਟ ਆ ਗਿਆ। ਉਹਦਾ ਦਿੱਲੀ ਹੋਇਆ ਸੀਗਾ ਟੂਰਨਾਮੈਂਟ 1 ਮਹੀਨੇ ਬਾਅਦ ਹੀ। ਮਗਰ ਜਦੋਂ ਇਹ ਬਿਮਾਰ ਸੀਗੀ ਤੇ ਉੱਥੇ ਮੈਂ ਦੇਰਾਦੁੰਚੇ ਨੂੰ ਦੀ ਮਦਰ ਨੂੰ ਕਿਹਾ ਵੀ ਚਲੋ ਹੁਣ ਮੈਡਲ ਆ ਗਿਆ ਕੁਆਲੀਫਾਈ ਕਰ ਗਈ ਹੁਣ ਤੁਸੀਂ ਚੰਡੀਗੜ੍ਹ ਨਿਕਲ ਜਾਓ। ਤੇ ਉਦੋਂ ਇਹਨੇ ਜ਼ਿੱਦ ਕਰ ਲਈ ਕਹਿੰਦੀ ਮੈਂ ਅੱਜ ਨਹੀਂ ਜਾਣਾ ਇੱਕ ਦਿਨ ਮੈਂ ਰੁਕਾਂਗੀ ਵੀ ਮੈਂ ਆਪਣੀ ਫਰੈਂਡਸ ਦੇ ਵੀ ਦੇਖਣੇ ਆ। ਮੈਂ ਕਿਹਾ ਬੇਟਾ ਤੁਸੀਂ ਬਿਮਾਰ ਹੈਗੇ ਹੋ ਵੀ ਤੁਸੀਂ ਨਿਕਲ ਜਾਓ ਤੁਸੀਂ ਚੈੱਕਅਪ ਕਰਾਓ ਆਪਣਾ। ਬਟ ਬੱਚੇ ਦੀ ਥੋੜੀ ਜਿੱਦ ਹੁੰਦੀ ਹੈ ਦੀ ਮਦਰ ਵੀ ਥੋੜੇ ਜੇ ਕਰਗੇ ਵੀ ਚਲੋ ਕੋਈ ਨਹੀਂ ਸਰ ਜਿ ਕੈਰੀ ਹੈ ਵੀ ਇੱਕ ਦਿਨ ਰੁਕ ਜੋ ਕੋਈ ਫਰਕ ਨਹੀਂ ਪੈਂਦਾ ਮੈਂ ਕਿਹਾ ਫਿਰ ਐਂ ਕਰਦੇ ਆਂ ਪਰ ਲੋਕਲ ਕਿਸੇ ਹਸਪੀਟਲ ਦਿਖਾ ਲੈਨੇ ਇਹਨੂੰ ਫਰਸਟ ایڈ ਦੇ ਦਿੰਦੇ ਇਹਨੂੰ ਥੋੜਾ ਮੈਡੀਸਨ ਮੁਰਸਨ ਕਰਦੇ ਕਿਉਂਕਿ ਮੈਡਲ ਆ ਗਿਆ ਸੀ ਇਹਨੂੰ ਖੁਸ਼ੀ ਵੀ ਸੀਗੀ ਅੰਦਰੋਂ ਥੋੜੀ ਮੋਟੀਵੇਟਿਡ ਵੀ ਸੀਗੀ ਬਟ ਜਿਹੜੀ ਅੰਦਰੋਂ ਅੰਦਰੋਂ ਇਹਦੀ ਪ੍ਰੋਬਲਮ ਸੀਗੀ ਇਹਦੇ ਪਲੇਟਲੇਟ ਬੇਸਿਕਲੀ ਘਟ ਗਏ ਸੀਗੇ ਬਹੁਤ ਜ਼ਿਆਦਾ ਔਰ ਬੀਪੀ ਵੀ ਲੋ ਹੋ ਰਿਹਾ ਸੀਗਾ ਬਟ ਇਹ ਸਾਨੂੰ ਉੱਥੇ ਨਹੀਂ ਪਤਾ ਲੱਗਿਆ ਡਾਇਗਨੋਸ ਨਹੀਂ ਹੋ ਪਾਇਆ ਉੱਥੇ ਵੀ ਡਾਕਟਰ ਜਿਹੜੇ ਸੀਗੇ ਮੰਨ ਕੇ ਚੱਲੋ ਵੀ ਜਿਹੜੇ ਪ੍ਰੀਮਾਈਸਿਸ ਸਕੂਲ ਚ ਆਪਾਂ ਰੁਕੇ ਸੀਗੇ ਉਹ ਸਕੂਲ ਦੇ ਅੰਦਰ ਜਿਹੜਾ ਉਹਨਾਂ ਦਾ ਹੈਲਥ ਡਿਪਾਰਟਮੈਂਟ ਸੀਗਾ ਉਹਨਾਂ ਨੇ ਬੱਚੇ ਨੂੰ ਫਰਸਟ ایڈ ਦੇ ਕੇ ਥੋੜਾ ਬਹੁਤ ਇਹਨੂੰ ਮੈਡੀਸਿਨ ਦੇ ਕੇ ਰੋਕ ਲਿਆ ਵੀ ਚਲੋ ਠੀਕ ਹੈ ਨਿਕਲ ਜੂਗਾ ਟਾਈਮ ਬਟ ਗੱਲ ਬਣੀ ਨਹੀਂ ਨੈਕਸਟ ਡੇ ਵੀ ਜਦੋਂ ਉੱઠીਏ ਤੇ ਮੈਨੂੰ ਲੱਗਿਆ ਮੈਂ ਕਿਹਾ ਨਹੀਂ ਵੀ ਇਹ ਠੀਕ ਨਹੀਂ ਹੈ ਬੱਚਾ ਤੇ ਮੈਕਾ ਜੀ ਫੇਰੇ ਦੀ ਮਦਰ ਨੂੰ ਮੈਂ ਕਿਹਾ ਮੈਂ ਮੈਂ ਕਰਉ ਤੁਸੀਂ ਨਿਕਲੋ ਫਿਰ ਅਸੀਂ ਉੱਥੋਂ ਟੈਕਸੀ ਹਾਇਰ ਕਰਾਈ ਸਾਡੇ ਜੁੜੂ ਦੇ ਜਿਹੜੇ ਐਸੋਸੀਏਸ਼ਨ ਦੇ ਸੈਕਟਰੀ ਸਾਹਿਬ ਨੇ ਐਨ ਐਸ ਠਾਕੁਰ ਜੀ ਉਹ ਵੀ ਮਤਲਬ ਬਹੁਤ ਹੈਲਪਫੁਲ ਹੈ ਬੱਚਿਆਂ ਦੇ ਨਾਲ ਸਾਡੇ ਨਾਲ ਟੂਰਨਾਮੈਂਟ ਚ ਗਏ ਸੀਗੇ ਬੱਚਿਆਂ ਨੂੰ ਸਪੋਰਟ ਕਰਨ ਵਾਪਸੀ ਦੇ ਵਿੱਚ ਫਿਰ ਸਰ ਕਹਿੰਦੇ ਵੀ ਮੈਂ ਵੀ ਚੱਲਦਾ ਨਾਲ ਵੀ ਆਪਾਂ ਬੱਚੇ ਨੂੰ ਮੈਂ ਲੈ ਜਾਂਦਾ ਤੂੰ ਇੱਥੇ ਬਾਕੀ ਬੱਚੇ ਸੰਭਲ ਲੈ ਫਿਰ ਅਸੀਂ ਗੱਡੀ ਹਾਇਰ ਕਰਕੇ ਉੱਥੇ ਇਹਨੂੰ ਚੰਡੀਗੜ੍ਹ ਭੇਜਤਾ ਫਿਰ ਇਹ ਰਾਤ ਨੂੰ ਜਦੋਂ ਕੰਪੀਟੀਸ਼ਨ ਖੇਡੀ ਹੈ ਉਸ ਰਾਤ ਇਹ ਅਨਕੌਂਸ਼ੀਅਸ ਹੋ ਗਈ ਸੀਗੀ ਪੇਹੋਸ਼ ਹੋ ਗਈ ਸੀਗੀ ਸਵੇਰੇ ਸ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਦੋਇ ਮੈਂ ਕਿ ਇਹ ਰੋਕਣ ਦਾ ਕੋਈ ਮਤਲਬ ਨਹੀਂ ਹੈ ਇਹਨੂੰ ਭੇਜ ਕੇ ਹੀ ਫਾਇਦਾ ਹੈ ਜੀ 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 ਮੈਂ ਜਦੋਂ ਹੀ ਚੰਡੀਗੜ੍ਹ ਆਏ ਆ ਕੇ ਦੀ ਮਦਰ ਨੇ ਲੋਕਲ ਜਿੰਨਾਂ ਦੇ ਫੈਮਿਲੀ ਡਾਕਟਰ ਸੀਗੇ 34 ਦੇ ਵਿੱਚ ਹੀ ਸੀਗੇ ਡਾਕਟਰ ਨਾ ਇੱਥੇ ਕੋਈ ਆਪਣੇ ਘਰ ਚ ਕਲੀਨਿਕ ਚਲਾਉਂਦੇ ਨੇ ਇਹਨਾਂ ਨੇ ਉੱਥੇ ਫਿਰ ਦਿਖਾਇਆ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੇ ਪਹਿਲੇ ਉਹ ਨਜ਼ਰ ਚ ਹੀ ਦੇਖ ਤੇ ਦੱਸਤਾ ਵੀ ਬੱਚਾ ਇੰਟਰਨਲੀ ਇਹਨੂੰ ਕੁਝ ਪ੍ਰੋਬਲਮ ਹੋ ਰਹੀ ਹੈ ਤੇ ਜਦੋਂ ਉਹਨੇ ਰეკਮੈਂਡ ਕੀਤਾ ਕਹਿੰਦੇ 32 ਸਰਕਾਰੀ ਹਸਪੀਟਲ ਗਵਰਨਮੈਂਟ ਚ ਲੈ ਕੇ ਜਾਓ ਇਹਨੂੰ ਫਟਾਫਟ ਚਿਲड्रन ਵਾਰਡ ਜਿਹੜਾ ਹੈਗਾ ਵੀ ਉੱਥੇ ਤੁਸੀਂ ਦਿਖਾਓ ਇਹਨਾਂ ਨੂੰ ਤੇ ਉੱਥੇ ਜਦੋਂ ਗਏ ਤੇ ਜਾਂਦੇ ਹੀ ਉਹਨਾਂ ਨੇ ਚੈੱਕ ਅਪ ਚੁੱਕ ਅਪ ਕੀਤਾ ਤੇ ਇਹਦੇ ਪਲੇਟਲੇਟ ਬਹੁਤ ਜ਼ਿਆਦਾ ਡਾਊਨ ਆ ਗਏ ਪਲੱਸ ਇਹਦਾ ਬੀਪੀ ਲੋ ਹੋ ਗਿਆ ਤੇ ਮਤਲਬ ਕਾਫੀ ਕਾਫੀ ਜ਼ਿਆਦਾ ਇਹਦੀ ਹਾਲਤ ਖਰਾਬ ਹੋ ਗਈ ਤੇ ਉੱਥੇ ਲੱਕੀਲੀ ਜਿਹੜੇ ਵਾਰਡ ਦੇ ਵਿੱਚ ਟੈਂਡੈਂਟ ਸੀਗੇ ਸਟਾਫ ਨਰਸ ਸੀਗੇ ਉਹ ਮੈਮ ਸਾਡੇ ਜਾਣਕਾਰ ਸੀਗੇ ਉਹਨਾਂ ਦੇ ਬੱਚੇ ਮੇਰੇ ਕੋਲ ਜੁੜੋ ਕਰਦੇ ਨੇ ਤੇ ਉਹ ਪੰਕਜ मैम ਨੇ ਉਹਨਾਂ ਦਾ ਬਹੁਤ ਵਿਚਾਰੀ ਦਾ ਉਹਨੇ ਹੈਲਪ ਕੀਤੀ ਸਪੋਰਟ ਕੀਤੀ ਉਹਨਾਂ ਦਾ ਮੈਨੂੰ ਫੋਨ ਆ ਗਿਆ ਮੈਂ ਦੇਰਾ ਦੁੰਚੀ ਸੀਗਾ ਉਹ ਤੋਂ ਤੇ ਮੈਨੂੰ ਕਹਿੰਦੀ ਵੀ ਸਰ ਬੱਚਾ ਤਾਂ ਦਿਵੰਸ਼ੀ ਤੁਹਾਡਾ ਬੱਚਾ ਹੈ ਗੇਮ ਕਰਦੀ ਮੈਂ ਹਾਂਜੀ ਕਹਿੰਦੀ ਸਰ ਇਹ ਤਾਂ ਬਹੁਤ ਮੁਸ਼ਕਿਲ ਹੈ ਇਹਦਾ ਸਰਵਾਈਵ ਕਰਨਾ ਬਚੂਗੀ ਨਹੀਂ ਮੈਂ ਪਹਿਲਾਂ ਤਾਂ ਮੈਨੂੰ ਗੱਲ ਜੀ ਹজম ਹੋਈ ਨਹੀਂ ਇਕਦਮੀ ਮੈਂ ਕਿਹਾ ਖੇੜਦਾ ਗਿਆ ਬੱਚਾ ਰੋ ਮੈਡਲ ਮਾਰ ਕੇ ਤੇ ਅਸੀਂ ਤਾਂ ਮਤਲਬ ਸਾਡੇ ਦਾ ਉੱਥੇ ਅੱਖਾਂ ਤੋਂ ਪਾਣੀ ਨਿਕਲ ਗਿਆ ਜਿੰਨੇ ਵੀ ਲੋਕ ਸੀਗੇ ਸਾਰੇ ਰੋਣ ਲੱਗ ਗਏ ਉੱਥੇ ਵੀ ਇਹ ਕਿਹੜੀ ਕੀ ਗੱਲ ਹੋ ਗਈ ਇਕਦਮੀ ਇੰਨਾ ਮਤਲਬ ਕੀ ਦਸ਼ਾ ਆ ਗਈ ਸਾਡੇ ਤੇ ਵੀ ਇੰਨਾ ਵਧੀਆ ਖੇਡ ਰਹੀ ਸਭ ਕੁਝ ਸੀਗੀ ਔਰ ਮੇਰੀ ਪਰਸਨਲੀ ਵੀ ਬਹੁਤ ਅਟੈਚਮੈਂਟ ਹੈ ਦੇ ਨਾਲ ਤੇ ਮੈਂ ਫਿਰ ਮੈਕਾ ਜੀ ਮੈਮ ਪਲੀਜ਼ ਮੈਨੂੰ ਤੁਸੀਂ ਸਹੀ-ਸਹੀ ਗਾਈਡ ਕਰੋ ਤੇ ਸੱਚੀ-ਸੱਚੀ ਗੱਲ ਦੱਸੋ ਵੀ ਕੀ ਹੈ ਤੇ ਕੀ ਕਿੰਨੇ ਚਾਂਸਿਸ ਹੈ ਕੀ ਹੈ ਉਹਨਾਂ ਨੇ ਕਿਹਾ ਵੀ ਸਰ ਇਹ ਨਾ ਮਤਲਬ ਇਹ ਬੇਸਿਕਲੀ ਉੱਥੇ ਜਾ ਕੇ ਨਾ ਅਨਕੋਸ਼ੀਅਸ ਹੋ ਗਈ ਸੀ ਟਰੋਮਾ ਮਤਲਬ ਕੋਮਾ ਚ ਆ ਗਈ ਸੀ ਕੁਝ ਟਾਈਮ ਦੇ ਲਈ ਇਹਨੇ ਬੋਲਣਾ ਰਿਸਪੌਂਸ ਕਰਨਾ ਸਾਰਾ ਬੰਦ ਕਰਤਾ ਸੀਗਾ ਬਹੁਤ ਜ਼ਿਆਦਾ ਡਾਊਨ ਹੋ ਗਈ ਸੀ ਤੇ ਉਹ ਇਹਦੇ ਆਂਡਗਵਾਨ ਜਿਹੜੇ ਬੈੱਡ ਸੀਗੇ 2-4 ਉੱਥੇ ਬੱਚੇ ਡੈਥ ਹੋ ਗਈ ਕੁਝ 2-4 ਬੱਚਿਆਂ ਦੀ ਇਹਦਾ ਮੀਨ ਨਵੈ ਜਵੇ ਜਦੋਂ ਇਹ ਐਡਮਿਟ ਸੀਗੀ ਉਹਦੇ ਕਰਕੇ ਇਹਦੇ ਦਿਮਾਗ 'ਚ ਹੋਰ ਚੀਜ਼ ਬੈ ਗਈ ਕਿ ਭਈ ਮੈਂ ਵੀ ਨਾ ਮਰ ਜਾਂ ਇਨੇ ਬਲਕਿ ਇਹ ਗੱਲ ਕਹੀ ਵੀ ਆਪਣੇ ਮੂੰਹ ਤੋਂ ਕਿ ਮੈਂ ਬਚ ਜਾਊਂਗੀ ਮੈਂ ਫੋਨ ਤੇ ਤਾਂ ਗੱਲ ਕੀਤੀ ਸਰ ਮੈਂ ਮੈਂ ਮਰ ਤੋ ਨਹੀਂ ਜਾਊਂਗੀ ਮੈਂ ਮੈਂ ਬਚ ਮੈਂ ਬਚ ਜਾਾਂਗੀ ਮੈਨੂੰ ਬੜੀ ਪਿੰਚੋਈ ਗੱਲ ਮੈਂ ਕਹਾ ਯਾਰ ਵੀ ਵੀ ਐ ਤਾਂ ਨਹੀਂ ਚੱਲਣਾ ਕੰਮ ਮੈਂ ਜੀ ਦੇਰਾ ਤੋਂ ਤਾਂ ਫਿਰ ਗੱਡੀ ਖਿੱਚੀ ਉਤੋਂ ਬੱਚੀ ਮੇਰੇ ਨਾਲ ਸੀਗੀਆਂ ਮੈਂ ਨਾਲ ਬੱਚਿਆਂ ਨੂੰ ਬਿਠਾਇਆ ਅਸੀਂ ਚਲੋ ਸਟਰਗਲ ਕਰਦੇ ਹੋਏ ਬੜਾ ਮੁਸ਼ਕਿਲ ਨਾਲ ਚੰਡੀਗੜ੍ਹ ਪਹੁੰਚੇ ਸਾਡੀ ਮੇਰੀ ਗੱਡੀ ਦਾ ਟਾਇਰ ਬਲਾਸਟ ਹੋ ਗਿਆ ਰਸਤੇ 'ਚ ਅਸੀਂ ਪਹੁੰਚਦੇ ਮਤਲਬ ਇੰਨੀ ਰਾਤ ਦੇ ਵਿੱਚ ਹੀ ਅਸੀਂ ਇੰਨੀ ਪਰੇਸ਼ਾਨੀ ਸਾਡੇ ਕੋਲ ਹੋ ਗਈ ਵੀ ਔਰ ਹਰ ਘੰਟੇ ਦੇ ਵਿੱਚ ਅਸੀਂ ਅਪਡੇਟ ਲੈ ਰਹੇ ਸੀ ਕਿਉਂ ਇਹਦੀ ਮਦਰ ਤਾਂ ਫੋਨ ਰਿਸਪੌਂਸ ਕਰਨੀ ਪਾਰੀ ਸੀ ਚੱਕਨੀ ਪਾਰੇ ਸੀਗੇ ਫਿਰ ਇਹਦੀ ਜਿਹੜੀ ਤਾਈ ਜੀ ਹੈ ਅਸੀਮਾ ਮਿਗਲਾਨੀ ਜੀ ਉਹ ਉਹਨਾਂ ਦੇ ਉਹ ਵੀ ਸਾਡੇ ਨਾਲ ਕਾਫੀ ਟੱਚ 'ਚ ਰਹਿੰਦੇ ਬੱਚੇ ਕਰਕੇ ਤੇ ਉਹਨਾਂ ਦੇ ਮੈਨੂੰ ਫੋਨ ਆ ਰਹੇ ਸੀਗੇ ਉਹ ਉਹਨਾਂ ਨੇ ਮੈਨੂੰ ਟਾਈਮ-ਟਾਈਮ ਤੇ ਅਪਡੇਟ ਦੇ ਰਹੇ ਸੀਗੇ ਤੇ ਮੈਨੂੰ ਡਾਕਟਰ ਨੇ ਕਹਿੰਦੇ ਵੀ ਜੀ ਜੀ 10 ਘੰਟੇ ਇਹਨਾਂ ਨੇ ਬੱਚੇ ਨੇ ਕੱਢ ਲੇ ਸਰਵਾਈਵ ਕਰ ਲਏ ਵੀ ਫਿਰ ਚਾਂਸਸ ਹੈਗੇ ਕਿ ਬੱਚਾ ਸ਼ਾਇਦ ਬਚ ਜੇ ਤੇ ਇੱਕ ਹੋਪ ਤਾਂ ਸਾਡੇ ਅੰਦਰ ਆ ਗਈ ਵੀ ਚਲੋ ਸਪੋਰਟਸ ਪਰਸਨ ਹੈ ਵੀ ਇਹ ਹਾਈਲੀ ਟ੍ਰੇਨਡ ਹੈ ਕੁੜੀ ਜਿਵੇਂ ਕਮਾਂਡੋ ਟ੍ਰੇਨਿੰਗ ਹੁੰਦੀ ਹੈ ਅਸੀਂ ਦਿਨ ਰਾਤ ਇਹਦੀ ਮਿਹਨਤ ਕਰਾਨੀ ਹੈ ਬੱਚੇ ਨੂੰ ਇੰਟਰਨਲੀ ਇਹ ਵੀਕ ਨਹੀਂ ਗਈ ਬੱਚੀ ਮੈਂਟਲੀ ਬਹੁਤ ਸਟਰੋਂਗ ਹੈ ਮੈਨੂੰ ਪਤਾ ਸੀਗਾ ਵੀ ਹਰ ਮਰਨ ਵਾਲਾ ਬੱਚਾ ਹੈ ਨਹੀਂਗਾ ਇਹ ਵੀ ਹੋਰ ਆਮ ਬੱਚਾ ਹੁੰਦਾ ਤਾਂ ਸ਼ਾਇਦ ਕਹਿ ਨਹੀਂ ਸਕਦੇ ਸੀਗੇ ਬਟ ਇਹਦੇ ਲਈ ਮੈਂ ਬਹੁਤ ਸ਼ੋਰ ਸੀਗਾ ਕਿ ਵੀ ਇਹ ਸਰਵਾਈਵ ਕਰ ਜੂਗੀ ਕਿਸ ਨਾ ਕਿਸ ਤਰੀਕੇ ਨਾਲ بس ਸਰ ਪਰਮਾਤਮਾ ਦੀ ਮਿਹਰ ਰਹੀ ਇੱਕ ਹਫਤੇ ਉੱਥੇ ਐਡਮਿਟਰੀ ਹਸਪਟਲਾਈਜ਼ ਰਹੀ ਹੈ ਔਰ ਡੇ ਬਾਈ ਡੇ ਇੰਪਰੂਵ ਕੀਤਾ ਇਹਨੇ ਹੌਲੀ ਹੌਲੀ ਕਰਕੇ ਤੇ ਉਸ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਖੜੀ ਹੈ ਬਿਲਕੁਲ ਸਹੀ ਸਲਮਤ ਤੇ ਵਿਕਟਰ ਇੱਕ ਤਸਵੀਰ ਵਖਰੀ ਬਣ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੀਵਾਂਚੀ ਨੇ ਉਹ ਸਮਾਂ ਨਹੀਂ ਹਾਰਨ ਦਿੱਤਾ ਕਿ ਇੱਕ ਮੈਂਟਲੀ ਜਿੰਨੇ ਸਟਰੋਂਗ ਹੋ ਗਈ ਕਿ ਇੱਕ ਹੋ ਜਾਂਦਾ ਕਿ ਆਮ ਬੱਚਾ ਉਸ ਚੀਜ਼ ਨੂੰ ਨਹੀਂ ਜਰਪਦਾ ਕਿ ਦਿਲ ਛੱਡ ਜਾਂਦਾ ਬਿਲਕੁਲ ਕਿ ਲੱਗਦਾ ਇੱਕ ਮਿਸਾਲ ਬਣ ਜਾਂਦੀ ਹੈ ਕਈ ਸਾਰੀਆਂ ਫਿਲਮਾਂ ਦੇਖਦੇ ਆ ਉਹਨਾਂ ਦੇ ਵਿੱਚ ਇੱਕ ਬਨਾਇਆ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਉੱਠਦਾ ਬੰਦਾ ਕਿਸ ਤਰੀਕੇ ਨਾਲ ਮਿਹਨਤ ਕਰਦਾ ਹੈ ਬਿਮਾਰੀਆਂ ਵੀ ਆਂਦੀਆਂ ਨੇ ਪਰ ਉਹਨਾਂ ਨੂੰ ਪਰੇ ਕਰਕੇ ਫਿਰ ਵੀ ਅੱਗੇ ਵੱਲ ਨੂੰ ਵਧਦਾ ਵੀ ਤੁਨਕਾ ਤੁਨਕਾ ਕਰਕੇ ਗੁੱਡੀ ਚੜਦੀ ਹੁੰਦੀ ਬਿਲਕੁਲ ਚੜਦੀ ਜਾਂਦੀ ਹੈ ਜੀ ਬਲਕਿ ਮੈਂ ਇਹਦਾ ਬਹੁਤ ਇੱਕ ਬੈਟਰ ਐਗਜ਼ਾਮਪਲ ਮੇਰੇ ਕੋਲ ਸੰਦੀਪ ਸਿੰਘ ਨੇ ਜਿਹੜੇ ਖੇਲ ਮੰਤਰੀ ਹਰਿਆਣੇ ਦੇ ਹੈ ਮੇਰੇ ਫਰੈਂਡ ਨੇ ਚਾਈਲਡਹੂਡ ਤੇ ਅਸੀਂ ਰੂਮ ਮੇਟ ਰਹੇ ਹਾਂ ਕਾਫੀ ਸਾਲ ਇਕੱਠੇ ਹਾਂ ਨਈਸ ਪਟਿਆਲੇ ਚ ਉਹਨਾਂ ਨਾਲ ਵੀ ਸੇਮ ਉਹਨਾਂ ਦੇ ਫਿਲਮ ਵੀ ਬਣੀ ਹੈ ਸੂਰਮਾ ਮੂਵੀ ਉਹ ਸੇਮ ਸਟੋਰੀ ਹੀ ਹੈਗੀ ਰਲਦੀ ਮਿਲਦੀ ਉਹਨਾਂ ਦੇ ਬੈਕ ਤੇ ਗੋਲੀ ਲੱਗ ਗਈ ਸੀਗੀ ਤੇ ਉਹਨਾਂ ਨੇ ਵੀ ਕਮਬੈਕ ਕੀਤਾ ਹੈ ਮਗਰ ਦਿਵਾਂਸ਼ੀ ਮਤਲਬ ਇਹ ਸਕਸੈਸ ਸਟੋਰੀਜ਼ ਆਪਣੇ ਮਤਲਬ ਇਹ ਬੱਚਿਆਂ ਦੀ ਇਹਨੇ 13 ਸਾਲ ਦੀ ਉਮਰ ਚ ਉਹ ਦੇਖ ਲਿਆ ਜਿਹੜਾ ਕਿ ਮੈਨੂੰ ਲੱਗਦਾ ਨਹੀਂ ਕਿ ਬੰਦਾ ਇੱਕ ਨਹੀਂ ਲਾਈਫਟਾਈਮ ਦੇ ਵਿੱਚ ਇਹ ਚੀਜ਼ ਦੇਖ ਸਕਦਾ ਇਹ ਡਾਕਟਰ ਵੱਲੋਂ ਜਵਾਬ ਦੇਣਾ ਸਰਕਾਰੀ ਹਸਪਤਾਲ ਚ ਕਿ ਵੀ ਬਚ ਨਹੀਂ ਪਾਏਗਾ ਬੱਚਾ ਵੀ ਤੁਸੀਂ ਪ੍ਰਾਈਵੇਟ ਹਸਪਤਾਲਾਂ ਚ ਦੇਖੋ ਜਿੱਥੇ ਲਾਈਫ ਸੁਪੋਰਟਿੰਗ ਸਿਸਟਮ ਲੱਗੇ ਹੋਏ ਆ ਵੀ ਸਾਡੇ ਕੋਲ ਘਟ ਹੈ ਤੇ ਇਦਾਂ ਦੀ ਇੰਡੀ ਗੱਲ ਕਹਿਣੀ ਇਹ ਮੇਰੇ ਖਿਆਲ ਨਾਲ ਤਾਂ ਜੀ ਅੱਧਾ ਹੋ ਜਾਂਦਾ ਹੈ ਬੰਦਾ ਸੋਚ ਕੇ ਬਟ ਇਹਨੇ ਜਿਹੜਾ ਕੀ ਆਪਣਾ ਜੋ ਆਪਣੀ ਉਹ ਦਿਖਾਈ ਆਪਣੀ ਹਿੰਮਤ ਦਿਖਾਈ ਹੈ ਜਾਂ ਪ੍ਰਮਾਤਮਾ ਦੇ ਬਾਹ ਫੜੀ ਹੈ ਇਹ ਕੁੜੀ ਨੂੰ ਬਿਮਾਰੀ ਚੋਂ ਕੱਢ ਕੇ ਜਿਹੜਾ ਹੈਗਾ ਉਸ ਤੋਂ ਬਾਅਦ ਮੈਂ ਬੜੇ ਪ੍ਰਾਊਡ ਨਾਲ ਕਹਿੰਦਾ ਉਸ ਤੋਂ ਬਾਅਦ ਤਿੰਨ ਵਾਰ ਇਹ ਕੁੜੀ ਨੈਸ਼ਨਲ ਚੈਂਪੀਅਨ ਵਿਥਿਨ ਅ ਪੀਰੀਅਡ ਆਫ ਆਈ ਥਿੰਕ 6 ਮੰਥ ਇਸ ਸੈਪਟੈਂਬਰ 10 11 ਨੂੰ ਇਹ ਕੇਸ ਹੋਇਆ ਸੀਗਾ ਬਿਮਾਰ ਹੋਈ ਸੀਗੀ ਅਕਟੂਬਰ ਜਿਹਦਾ ਪਹਿਲਾ ਨੈਸ਼ਨਲ ਹੋਇਆ 1 ਮਹੀਨੇ ਬਾਅਦ ਉਹਦੇ ਚ ਇਹਦਾ ਬ੍ਰੌਂਜ਼ ਮੈਡਲ ਆਇਆ ਸੀਗਾ ਦਿੱਲੀ ਚ ਉਸ ਤੋਂ ਬਾਅਦ ਫਰਵਰੀ ਦੇ ਵਿੱਚ ਫਰਵਰੀ ਅ ਨਹੀਂ ਮਾਰਚ 31 ਦੇ ਵਿੱਚ ਆ ਮਾਰਚ 27 28 29 ਅ ਸੌਰੀ ਜਨਵਰੀ ਜਨਵਰੀ 27 29 ਦੀ ਸਾਡੀ ਅ ਆਪਣਾ ਨਾਰਥਨ ਸੀਗੀ ਪਹਿਲਾਂ ਕੁਰੂਖੇਤਰ ਚ ਇਹਨੇ ਪਹਿਲਾਂ ਉੱਥੇ 골ਡ ਮਾਰਿਆ ਜੀ ਨੌਕਆਊਟ ਸਾਰੇ ਪਲੇਅਰ ਇਹਨੇ 10 15 15 ਸੈਕਿੰਡ ਚ ਮਾਰੇ ਉਸ ਤੋਂ ਬਾਅਦ ਉਹਦੀ ਨੈਸ਼ਨਲ ਹੋਈ ਸਾਡੀ ਅ ਆਪਣਾ ਪੋਪਾਲ ਚ ਉਹ ਨੈਸ਼ਨਲ ਸੀਗੀ ਸਾਡੀ 11 ਤੋਂ ਲੈ ਕੇ 15 ਫਰਵਰੀ 11 ਤੋਂ 15 ਫਰਵਰੀ ਉੱਥੇ ਵੀ ਇਹਨੇ ਨੌਕਆਊਟ ਮਾਰੀ ਸਾਰੀਆਂ ਕੁੜੀਆਂ ਇਹਦੇ ਮਤਲਬ ਨੌਕਆਊਟ ਮਾਰ ਕੇ ਨੇ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ 골ਡ ਜਿੱਤ ਲਿਆ ਉੱਥੇ ਉਸ ਤੋਂ ਬਾਅਦ ਫਿਰ ਸਾਡੀ ਅਗਲੀ ਜਿਹੜੀ ਨੈਸ਼ਨਲ ਸੀਗੀ ਉਹ ਸੀਗੀ ਚन्नई ਦੇ ਵਿੱਚ ਮਤਲਬ ਵਿਦਨ ਆਪਾਂ ਕਹਿ ਸਕਦੇ ਵੀ ਤਿੰਨ ਚਾਰ ਮਹੀਨੇ ਦੇ ਅੰਦਰ ਇੱਕ ব্রੌਂਜ਼ ਤੇ ਤਿੰਨ 골ਡ ਮੈਡਲ ਇਹਨੇ ਨੈਸ਼ਨਲ ਦੇ ਵਿੱਚ ਔਰ ਰਿਕੋਗਨਾਈਜ਼ਡ ਟੂਰਨਾਮੈਂਟਸ ਜਿਹੜੇ ਹੁੰਦੇ ਐ ਨਹੀਂ ਕੋਈ ਇਨਵਿਟੇਸ਼ਨਲ ਜਾਂ ਕੋਈ ਅੱਦਾਂ ਦੇ ਟੂਰਨਾਮੈਂਟ ਜੀ ਦੇ ਵਿੱਚ ਪੂਰੇ ਇੰਡੀਆ ਦੀ ਟੌਪ ਮੋਸਟ ਟੀਮਾਂ ਖੇਡਦੀਆਂ ਅੰ ਦਿੱਲੀ ਹਰਿਆਣਾ ਮਨੀਪੁਰ ਰਾਜਸਥਾਨ ਗੁਜਰਾਤ ਪੰਜਾਬ ਸਾਰਿਆਂ ਨੂੰ ਬੀਟ ਕਰਕੇ ਇਸ ਕੁੜੀ ਨੇ ਨੰਬਰ 1 ਤੇ ਆਪਣਾ ਰੈਂਕ ਬਣਾਇਆ ਤੇ ਲਗਾਤਾਰ ਤਿੰਨ ਕੰਪੀਟੀਸ਼ਨਾਂ 'ਚ ਇਕੱਠੇ ਬੈਕ ਟੂ ਬੈਕੇ ਫਸਟ ਨੰਬਰ ਤੇ ਖੜੀ ਰਹੀ ਪੋਡੀਅਮ ਤੇ ਤੇ ਬਿਮਾਰ ਹੋਣਾ ਤਾਂ ਚਲੋ ਇੱਕ ਇੱਕ ਅਲੱਗ ਹੀ ਸਟੋਰੀ ਹੋ ਗਈ ਨਾ ਇੱਕ ਨਾਰਮਲ ਬੱਚੇ ਲਈ ਵੀ ਇੱਕ ਇੱਕ ਬਹੁਤ ਸਕਸੈਸ ਸਟੋਰੀ ਹੈ ਕਿ ਤਿੰਨ ਵਾਰ ਕੰਟੀਨਿਊ ਨੈਸ਼ਨਲ 골ਡ ਮਾਰਨਾ ਇਹ ਬਹੁਤ ਵੱਡੀ ਗੱਲ ਹੈ ਬਟ ਬਿਮਾਰੀ 'ਚ ਉੱਠ ਕੇ ਆਣਾ ਇਹ ਤਾਂ ਮਿਰਕਲ ਹੈ ਜੀ ਇਹ ਤਾਂ ਇੱਕ ਅਜੂਬਾ ਹੀ ਹੈ ਕਿ ਬੱਚੇ ਨੇ ਇੰਨੀ ਹਿੰਮਤ ਦਿਖਾਈ ਤੇ ਕਿਸ ਲੈਵਲ ਤੋਂ ਕਿੱਥੇ ਆ ਕੇ ਇੱਕ ਟਾਈਮ ਸੀਗਾ ਮਹੀਨੇ ਪਹਿਲਾਂ ਇਹਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਬੱਚ ਨਹੀਂ ਪਾਈਗੀ ਤੇ ਇੱਕ ਮਹੀਨੇ ਦੇ ਅੰਦਰ ਹੀ ਇਹਨੇ ਨੈਸ਼ਨਲ ਦੇ ਵਿੱਚ ਪਹਿਲੀ ਵਾਰ ਬ੍ਰੌਂਜ਼ ਜਿੱਤਿਆ ਤੇ 3 ਮਹੀਨਿਆਂ ਤੋਂ ਬਾਅਦ 골ਡ ਜਿੱਤ ਲਿਆ ਤੇ ਉਸ ਤੋਂ ਬਾਅਦ ਲਗਾਤਾਰ ਲੜੀ ਦੇ ਵਿੱਚ ਇਹਨਾਂ ਰੋਏ ਨੇ ਤਿੰਨ 골ਡ ਮੈਡਲ ਮਾਰੇ ਹਾਂਜੀ ਬਹੁਤ ਸ਼ੁਕਰੀਆ ਵਿਕਟਰ ਤੁਹਾਡੇ ਤੋਂ ਅਦਵਾਂਸ਼ੀ ਕੁਝ ਮੈਸੇਜ ਲੈਣਾ ਚਾਹਾਂਗੇ ਤਾਂ ਕਿਸ ਤਰੀਕੇ ਨਾਲ ਤੁਸੀਂ ਇੰਨਾ ਵੱਧ ਕੇ ਅੱਗੇ ਆਏ ਤਾਂ ਮੈਡਲ ਜਿੱਤੇ ਤਾਂ ਸੁਪਨਾ ਕੀ ਹੈ ਉਹ ਵੀ ਸਾਂਝਾ ਕਰ ਦਿਓ ਤਾਂ ਮੈਸੇਜ बस मेरा सपना है अपने घर वालों का सिर ऊंचा करना है और सर का और बस बनना क्या आप मुझे पुलिस ऑफिसर बनना है मैसेज देना चाहोगे जैसे आपने हिम्मत नहीं हारी आप आगे बस कभी हार मत मानो जो मतलब जो प्रॉब्लम है उसको निकाल के आगे निकलो विवेक सर दिवानशी साढ़े नाल सी ता किस तरीके दे नाल दिवानशी ने हिम्मत नहीं हारी ਅੱਗੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕੀਤੀ ਇੱਕ ਅਸੀਂ ਫਿਲਮ ਵੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਰ ਕੋਈ ਆਦਮੀ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਆਪਾਂ ਪਿੱਛੇ ਜਿਹੇ ਹਰਜੀਤ ਗਰੇਵਾਲ ਦੀ ਅਗਰ ਜੇ ਫਿਲਮ ਦੀ ਗੱਲ ਕਰਾਂਗੇ ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਤੁਨਕਾ ਤੁਨਕਾ ਫਿਲਮ ਬਣਾਈ ਕਿ ਅੱਗੇ ਵੱਲ ਵਧਣ ਦੇ ਨੇ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਇੱਕ ਸਟੋਰੀ ਹੈ ਅਸੀਂ ਰਿਕਾਰਡ ਕਰ ਲਈ ਹੈ ਇਹਨਾਂ ਦੀ ਅੱਗੇ ਤੱਕ ਸਟੋਰੀ ਜਾ ਸਕਦੀ ਹੈ ਤਾਂ ਕੌਣ ਕੌਣ ਇਹਨਾਂ ਤੋਂ ਐਪਰੀਸ਼ੀਏਟ ਹੁੰਦਾ ਹੈ ਕੌਣ ਕੌਣ ਇਹਨਾਂ ਤੋਂ ਸਿੱਧ ਲੈਂਦਾ ਇਹ ਵੀ ਦੇਖਣ ਆਲਾ ਹੋਏਗਾ ਵਿਚਾਰ ਜੁ ਸੰਜੇ ਕਰੋ ਕੈਮਰਾ ਸਹਾਯੋਗ ਦੇਸੀ ਸ਼ਿਵਾ ਧੰਨਵਾਦ